दैनिक सवेरा देख रहे हो तुसीं तां मैं मसिंग दिकपाल लुधियाना दे सिल्वर ऑक दे सामने खड़े हैं जिथे एक शोरूम मालक नूं अंदर शोरूम तो जाण तो रोकिया जा रहा तस्वीरां तुहानूं दिखा रहे हैं लुधियाना दे सिल्वर ऑक दे सामने खड़े हैं जिथे एक शोरूम का जिहड़ा कि बिजली है वह बंद कर दी गई उन्होंने स्टाफ नूं अंदर नहीं जाण दिता जा रहा तो गलबात भी करन दी जिहड़ी कोशिश है वह करांगे ਭਾਜੀ ਕੀ ਕਾਰਨ ਹੈ ਤੁਹਾਨੂੰ ਕਿਉਂ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਪੂਰਾ ਮਸਲਾ ਕੀ ਹੈ ਅਸੀਂ ਅੰਦਰ ਰੱਖੀ ਅੰਦਰ ਪੁਲਿਸ ਨੂੰ ਜਾਣ ਨਹੀਂ ਦੇ ਰਹੇ ਹੈਗੇ ਨੇ ਸਾਡੀ ਬਿਜਲੀ ਬੰਦ ਕੀਤੀ ਰੀਜ਼ਨ ਨਹੀਂ ਦੇ ਰਹੇ ਕਿਉਂ ਬਿਜਲੀ ਬੰਦ ਕੀਤੀ ਹੈ ਕੁਝ ਦੱਸਦੇ ਨਹੀਂ ਪਏ ਨੇ ਦੱਸੋ ਚੀਜ਼ਾਂ ਅੰਦਰ ਹਰ ਤਰ੍ਹਾਂ ਧੱਕਾ ਕਰ ਰਿਹਾ ਕਹਿੰਦੇ ਸਾਡਾ ਪੂਰਾ ਪ੍ਰਸ਼ਾਸਨ ਧੱਕਾ ਹੈ ਪੁਲਿਸ ਸਾਡੇ ਹੱਕ ਵਿੱਚ ਆ ਤੁਹਾਡਾ ਕੀ ਕੋਈ ਨਹੀਂ ਜਾਏਗਾ ਜਾ ਕੇ ਦੇਖ ਲਓ ਪ੍ਰੈਸ ਨੂੰ ਵੀ ਅੰਦਰ ਜਾਣ ਤੋਂ ਰੋਕ ਰਹੇ ਹੈਗੇ ਨੇ ਜੀ ਔਰ ਰੀਜ਼ਨ ਵੀ ਨਹੀਂ ਦੇ ਰਹੇ ਕਿਉਂ ਰੱਖੀ ਸੀ ਕੀ ਕਾਰਨ ਸੀਗਾ ਭਾਜੀ ਕਾਰਨ ਹੈਗਾ ਕਿ ਜਿਹੜਾ ਸਾਡੇ ਸਟੋਰ ਚੱਲ ਰਹੇ ਨੇ ਲਾਈਟ ਬੰਦ ਕਰ ਦਿੰਦੇ ਨੇ ਸਾਡਾ ਅਸੀਂ ਹਾਈ ਕੋਰਟ ਤੋਂ ਆਰਡਰ ਵੀ ਲਿਆ ਉਹਨਾਂ ਦੇ ਕੋਰਟ ਤੋਂ ਉਸ ਤੋਂ ਬਾਅਦ ਕਹਿੰਦੇ ਬਾਕੀ ਜਿਹੜੇ ਸਟੋਰ ਤੇ ਉਹਦਾ ਵੀ ਜਾਓ ਜੀ ਇੱਕ ਸਟੋਰ ਸਾਡੇ ਧੱਕੇ ਨਾਲ ਤਾਲਾ ਲਾ ਕੇ ਬੈਠੇ ਨੇ ਕਹਿੰਦੇ ਕੋਟੇ 'ਚ ਧੱਕੇ ਖਾਂਦੇ ਹੋ ਤੁਹਾਡੀ ਉਮਰ ਇਹਦਾ ਹੀ ਗੁਜ਼ਰ ਜਾਈ ਧੱਕੇ ਖਾ ਖਾ ਕੇ ਕਿੰਨੇ ਸਟੋਰ ਨੇ ਤੁਹਾਡੇ ਅੰਦਰ ਸਿਲਵਰ ਚਾਰ ਸਟੋਰ ਨੇ ਇੱਕ ਸਟੋਰ ਨੇ ਧੱਕੇ ਖਾਦੇ ਇਹਨਾਂ ਨੇ ਧੱਕੇ ਨਾਲ ਆਪਣੇ ਕਬਜ਼ੇ ਕੀਤਾ ਹੋਇਆ ਤਿੰਨ ਸਟੋਰ ਨੇ ਉਹਦੇ 'ਚ ਬਿਨਾਂ ਰੀਜ਼ਨ ਤੋਂ ਦੀ ਲਾਈਟ ਬੰਦ ਕੀਤੀ ਹੋਈ ਆ ਔਰ ਦੱਸਦੇ ਨਹੀਂ ਪਏ ਉਹਦਾ ਕਾਰਨ ਕੀ ਹੈਗਾ ਬਿਲਕੁਲ ਜੀ ਤਾਂ ਕੋਈ ਨਹੀਂ ਦੱਸੇ ਦੱਸ ਰੀਜ਼ਨ ਨਹੀਂ ਦੇ ਰਹੇ ਜੋ ਸਟੋਰ ਦਾ ਸੀ ਕਹਿੰਦਾ ਸਰਵਿਸ ਦਾ ਸਟੋਰ ਬੰਦ ਕੀਤਾ ਕਿਉਂ ਬੰਦ ਕੀਤਾ ਰੀਜ਼ਨ ਤੋਂ ਕਿਤੇ ਰੋਡ ਦਾ ਰੁਕ ਨਹੀਂ ਕਰਦਾ ਐਡਵੋਕੇਟ ਹੈ ਇਹਨਾਂ ਦਾ ਬਕਾਇਦਾ ਹੈਗਾ ਜੀ ਆਪਣਾ ਜਿਵੇਂ ਸਾਡੇ ਸਟੋਰ ਦਾ ਇੱਕ ਦਾ ਕੇਸ ਚੱਲ ਰਿਹਾ ਇਹ ਕਹਿੰਦੇ ਹੁਣ ਤੁਸੀਂ ਆਪਣੇ ਚਾਰੋਂ ਸਟੋਰ ਦੇ ਧੱਕੇ ਖਾਂਦੇ ਰਹੋ ਕੇਸ ਤੇ ਕੀ ਕਰ ਕੇ ਲੋ ਤਰੀਕਾ ਤੇ ਤਰੀਕਾ ਪਈ ਜਾਣ ਗਿਆ ਇੱਥੇ ਤੁਸੀਂ ਵੱਡੇ ਹੋ ਜਾਓਗੇ ਕਾਰਨ ਕੀ ਸਰ ਕੋਰਟ 'ਚ ਕਿਉਂ ਜਾਣਾ ਪੈ ਗਿਆ ਕੋਰਟ 'ਚ ਇਸ ਕਰਕੇ ਜਾਣਾ ਪੈ ਗਿਆ ਇਹਨਾਂ ਨੇ ਜ਼ਬਰਦਸਤੀ ਲੌਕ ਲਾਤਾ ਸੀਗਾ ਤੇ ਬਕਾਇਦਾ ਇਹ ਕਿਹਾ ਸੀ ਕਿ ਆਪਾਂ ਤੁਹਾਨੂੰ ਅੰਦਰ ਵੀ ਨਹੀਂ ਜਾਣ ਦੇਣਾ ਉਹ ਸ਼ੋਰੂਮ ਵੀ ਤੁਹਾਡਾ ਬੰਦ ਕਰ ਦੇਣਾ ਸਮਾਨ ਵੀ ਜ਼ਬਤ ਕਰ ਲੈਣਾ ਉਸ ਮੁਤਾਬਕ ਸਾਰਾ ਕੁਝ ਇਹਨਾਂ ਨੇ ਕੀਤਾ ਤੇ ਜਦੋਂ ਕੋਰਟ ਨੇ ਸਾਨੂੰ ਸਟੇ ਦੇ ਦਿੱਤਾ ਕਿ ਜ਼ਬਰਦਸਤੀ ਤੁਸੀਂ ਨਹੀਂ ਕੱਢ ਸਕਦੇ ਉਸ ਤੋਂ ਬਾਅਦ ਬਿਜਲੀ ਵੀ ਬੰਦ ਕਰਤੀ ਬਿਜਲੀ ਬੰਦ ਸਟੇ ਮਿਲ ਚੁੱਕਿਆ ਹੋਇਆ ਜੀ ਸਟੇ ਮਿਲ ਚੁੱਕਾ ਔਰ ਬਿਜਲੀ ਚਲਾਉਣ ਦਾ ਆਰਡਰ ਵੀ ਮਿਲ ਚੁੱਕਾ ਹੈ ਔਰ ਬਕਾਇਦਾ ਇਹਨਾਂ ਦਾ ਇਹੀ ਮੋਟਿਵ ਹੈ ਕਿ ਭਾਈ ਜ਼ਬਰਦਸਤੀ ਖਾਲੀ ਕਰਾਇਆ ਜਾਵੇ ਇਹ ਹਰ ਇੱਕ ਸ਼ੋਰੂਮ ਵਾਲੇ ਨਾਲ ਮੋਸਟਲੀ ਇਹੀ ਕਰਦੇ ਨੇ ਕਿ ਸ਼ੋਰੂਮ ਦਾ ਦੇ ਦਿੰਦੇ ਨੇ ਮਾਸ ਤੋਂ ਬਾਅਦ 60,000 ਦਾ 1.5 ਲੱਖ ਰੁਪਇਆ ਕਹਿੰਦੇ ਨੇ ਕਰੋ ਜਦੋਂ ਕੰਮ ਚੱਲ ਪੈਂਦਾ ਹੁਣ ਇਸ ਹਿਸਾਬ ਨਾਲ ਸਾਰਾ ਸਿਸਟਮ ਚੱਲਦਾ ਹੈ ਸਰ ਬਤਾਇਆ ਜਾ ਰਿਹਾ ਹੈ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਿਲਵਰ ਲੋਕ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਸ਼ੋਰੂਮ ਮਾਲਕ ਨੂੰ ਜਿਹੜਾ ਕਿ ਸ਼ੋਰੂਮ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਇੱਕ ਪ੍ਰੈਸ ਕਾਨਫਰੰਸ ਸੱਦੀ ਗਈ ਸੀ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਔਰ ਇਲਜ਼ਾਮ ਲਗਾਏ ਜਾ ਰਹੇ ਨੇ ਚਾਰ ਜਿਹੜੇ ਕਿ ਸ਼ੋਰੂਮ ਨੇ ਉਹਨਾਂ ਦੇ ਅੰਦਰ ਮੌਜੂਦ ਨੇ ਤਾਂ ਉਹਨਾਂ ਦੇ ਵੱਲੋਂ ਕੋਰਟ ਦਾ ਰੁਖ ਵੀ ਕੀਤਾ ਗਿਆ ਕੋਰਟ ਦੇ ਵਿੱਚ ਵੀ ਉਹਨਾਂ ਨੂੰ ਸਟੇਅ ਜਿਹੜੀ ਕਿ ਮਿਲ ਚੁੱਕੀ ਹੈ ਤਾਂ ਉਸਦੇ ਬਾਵਜੂਦ ਵੀ ਧੱਕੇ ਦੇ ਨਾਲ ਉਹਨਾਂ ਦੇ ਜਿਹੜੇ ਕਿ ਸਟੋਰ ਨੇ ਉਸ ਨੂੰ ਬੰਦ ਕੀਤਾ ਜਾ ਰਿਹਾ ਤਾਂ ਕੋਰਟ ਦਾ ਰੁਖ ਵੀ ਕੀਤਾ ਗਿਆ ਉਹਨਾਂ ਦੇ ਵੱਲੋਂ ਉਸਦੇ ਬਾਵਜੂਦ ਵੀ ਉਹਨਾਂ ਨੂੰ ਜਿਹੜਾ ਕਿ ਅੰਦਰ ਆ ਉਹ ਨਹੀਂ ਜਾਣ ਦਿੱਤਾ ਜਾ ਰਿਹਾ ਚਾਰ ਸ਼ੋਰੂਮ ਹੈ ਜਿਹੜੇ ਕਿ ਉਹਨਾਂ ਦੇ ਧੱਕੇ ਨਾਲ ਬੰਦ ਆਉ ਕੀਤੇ ਗਏ ਹੈ ਸਰ ਪ੍ਰੈਸ ਕਾਨਫਰੰਸ ਰੱਖੀ ਹੈ ਤੁਸੀਂ ਪਰ ਹੁਣ ਮੀਡੀਆ ਨੂੰ ਕਿਉਂ ਨਹੀਂ ਅੰਦਰ ਬੁਲਾਇਆ ਜਾਂਦਾ ਅੰਦਰ ਜਾਣ ਨਹੀਂ ਦੇ ਰਹੇ ਹੈਗੇ ਜੀ ਧੱਕਾ ਕਰ ਰਹੇ ਨੇ ਸਾਡੇ ਸਟੋਰ ਦੀ ਲਾਈਟ ਬੰਦ ਕੀਤੀ ਇਹਨਾਂ ਨੇ ਉਹਦਾ ਰੀਜ਼ਨ ਨਹੀਂ ਦੇ ਰਹੇ ਹੈਗੇ ਅਸੀਂ ਕਹਿੰਦੇ ਸਾਡੇ ਸਟੋਰ ਦੇ ਮੀਡੀਆ ਨੂੰ ਜਾਣ ਦਿਓ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਸਾਡੇ ਕੋਲ 9 ਸਾਲ ਦਾ ਐਗਰੀਮੈਂਟ ਹੈ 8 ਸਾਲ ਹਾਲੇ ਤੇ ਪਏ ਨੇ ਸਰ ਜੀ ਮੇਰੀ ਰਿਕੁਐਸਟ ਸਰ ਜੀ ਮੈਂ ਮੰਨ ਗਿਆ ਸਰ ਜਾਣ ਦਿਓ ਸਾਡੇ ਉੱਤੇ ਪ੍ਰੈਸ ਕਾਨਫਰੰਸ ਅਸੀਂ ਵੀ ਸਾਈਡ ਤੇ ਖੜੇ ਹਾਂ ਅਸੀਂ ਨਹੀਂ ਤੁਸੀਂ ਸਾਨੂੰ ਸਕੋਨੇ ਲਾ ਕੇ ਰੱਖੇ ਸਕੋਨੇ ਖੜੇ ਰਹੇ ਸਾਡੇ ਤੇ ਪ੍ਰੈਸ ਕਾਨਫਰੰਸ ਹੈ ਸਰ ਸਾਡੇ ਬੰਦੇ ਆਏ ਨੇ ਪਾਣੀ ਕਰਨ ਦੋ ਗੁਜਰ ਨਹੀਂ ਕੋਈ ਪਾਣੀ ਵੀ ਨਹੀਂ ਪਲਾਨ ਦੇ ਰਹੇ ਸਾਡੇ ਤਿਥੀ ਆਏ ਨੇ ਸਾਡੀ ਦੇਖੋ ਤੱਕਾ ਇੰਨਾ ਹੋ ਰਿਹਾ ਸਾਨੂੰ ਉੱਪਰ ਜਾਣ ਦਿਓ ਜੀ ਆਓ ਜੀ ਮੇਰੀ ਗੱਲ ਹੈ ਆਓ ਜੀ ਆਓ ਮੇਰੀ ਗੱਲ ਮੇਰੀ ਰਿਕੁਐਸਟ ਹੈਗੀ ਹੈ ਅੱਗੇ ਪ੍ਰੈਸ ਕਾਨਫਰੰਸ ਹੈ ਜੀ ਪਲੀਜ਼ ਜਾਓ ਜੀ ਸਾਰੇ ਜਿਹੜੇ ਆ ਕੇ ਗੱਲ ਹੈ ਉਹਨਾਂ ਧੱਕੇ ਨਾਲ ਰੋਕ ਰਿਹਾ ਕਿ ਨਹੀਂ ਦੇਖੋ ਧੱਕਾ ਕੀਤਾ ਜਾ ਰਿਹਾ ਪੂਰਾ ਜਿਹੜਾ ਹੈਗਾ ਜੀ ਪ੍ਰੈਸ ਨਾਲ ਧੱਕਾ ਆਮ ਬੰਦਾ ਕੀ ਹੋਏਗਾ ਦੇਖੋ ਜੀ ਕਿਉਂ ਜਾ ਰਿਹਾ ਕਾਰਨ ਕੀ ਧੱਕਾ ਕਰਕੇ ਉਹਨਾਂ ਦੀ ਇੱਥੇ ਉਹ ਕਹਿੰਦੇ ਕੋਈ ਬੰਦਾ ਬੋਲੇ ਹੀ ਨਾ ਉਹ ਕਹਿੰਦੇ ਇੱਥੇ ਬਾਹਰ ਤੋਂ ਕਹਿੰਦੇ ਵੀਡੀਓ ਬਣਾਇਆ ਸਾਡੇ ਮੁੰਡੇ ਨੇ ਕਹਿੰਦੇ ਅੰਦਰ ਜਾਣ ਦੇਣਾ ਅੱਜ ਕੋਈ ਪੁਲਿਸ ਨੂੰ ਧੱਕਾ ਕਰਦੀ ਬੰਦਾ ਵੀਡੀਓ ਬਣਾਉਂਦਾ ਵੀ ਆ ਦੇਖੋ ਧੱਕਾ ਹੋ ਰਿਹਾ ਇਹ ਕਹਿੰਦੇ ਤੁਸੀਂ ਮੋਬਾਈਲ ਕੱਢੇ ਤਾਂ ਕਿਉਂ ਕੱਢਿਆ ਤੁਸੀਂ ਕਿਉਂ ਕਰਦੇ ਹੋ ਇਹ ਕਹਿੰਦੇ ਇੱਥੋਂ ਗੱਲ ਬਾਹਰ ਜਾ ਹੀ ਨਾ ਅੰਦਰ ਹੀ ਬੰਦੇ ਨੂੰ ਦੱਬ ਕੇ ਰੱਖਣਾ ਚਾਹੁੰਦੇ ਆ ਇਹ ਹੁਣ ਜਿਵੇਂ ਸਿਕਿਉਰਟੀ ਵਾਲੇ ਨੇ ਇਹਨਾਂ ਦਾ ਕੋਈ ਬੰਦਾ ਨਹੀਂ ਚੀਜ਼ ਅੰਦਰ ਕੋਈ ਅਸੀਂ ਇਲੀਗਲ ਚੀਜ਼ ਨਹੀਂ ਲੈ ਕੇ ਜਾ ਰਹੇ ਸਾਡੇ ਤੇ ਪ੍ਰੈਸ ਕਾਨਫਰੰਸ ਹੈ ਤੁਸੀਂ ਆਓ ਆ ਕੇ ਦੇਖੋ ਕਰੋ ਦੇਖੋ ਕੋਰਟ ਦੇ ਵਿੱਚ ਵੀ ਤੁਸੀਂ ਸਟੇ ਲਈ ਹੋਈ ਹੈ ਉਸ ਦੇ ਬਾਵਜੂਦ ਵੀ ਇੱਕ ਦਾ ਲਿੱਤਾ ਉਹਦੀ ਲਾਈਟ ਜਲਾਤੀ ਬਾਕੀ ਦੋ ਬਾਕੀ ਤਿੰਨ ਸਟੋਰ ਨੇ ਇੱਕ ਸਟੋਰ ਦੇ ਨਾਲ ਧੱਕੇ ਨਾਲ ਕਬਜ਼ਾ ਕੀਤਾ ਇੱਕ ਸਟੋਰ ਸਾਡਾ 6 ਸਾਲ ਦਾ ਐਗਰੀਮੈਂਟ ਉਹਦਾ ਧੱਕੇ ਨਾਲ ਕਬਜ਼ਾ ਕਰਕੇ ਬੈਠੇ ਤਾਲਾ ਲਾ ਲਿਆ ਇਹਨਾਂ ਨੇ ਸਾਡਾ ਫਰਨੀਚਰ ਦਾ ਲੱਗਿਆ ਹੋਇਆ ਇਹ ਕਹਿੰਦੇ ਇਹਨਾਂ ਨੇ ਮਾਲ ਲੈਣੇ ਨੇ ਜੀ ਧੱਕੇ ਦਾ ਤਾਲਾ ਆਪਣੇ ਤਾਲਾ ਲਏ ਨੇ ਇਹ ਕਹਿੰਦੇ ਵੀ ਸਾਨੂੰ ਜਿਹੜਾ ਸਾਨੂੰ ਇੱਕ 16,000 ਦੇ ਸਟੋਰ ਦੇ ਦਿੱਤਾ ਇਹਨਾਂ ਨੂੰ ਕਿਰਾਇਆ ਵੱਧ ਮਿਲਦਾ ਹੋਏਗਾ ਹੁਣ ਸਾਡੇ ਕੋਲ 9 ਸਾਲ ਦਾ ਟਾਈਮ ਹੈਗਾ ਇਹ ਸਾਨੂੰ ਕਰਨ ਨਹੀਂ ਦੇ ਰਿਹਾ ਹੈਗਾ ਚੀਜ਼ ਅੰਦਰ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦੇ ਸਿਲਵਰ ਓਕ ਦੇ ਬਾਹਰੋਂ ਜਿੱਥੇ ਇੱਕ ਸ਼ੋਰੂਮ ਮਾਲਕ ਨੂੰ ਆਪਣੇ ਹੀ ਸ਼ੋਰੂਮ ਦੇ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਅਤੇ ਨਾ ਹੀ ਉਹਨਾਂ ਦਾ ਜਿਹੜਾ ਕਿ ਸਟਾਫ ਉਸ ਨੂੰ ਅੰਦਰ ਲਈ ਜਾਣ ਤੋਂ ਰੋਕਿਆ ਜਾ ਰਿਹਾ ਚਾਰ ਜਿਹੜੇ ਕਿ ਸ਼ੋਰੂਮ ਉਹਨਾਂ ਦੇ ਵੱਲੋਂ ਰੈਂਟ ਤੇ ਲਏ ਗਏ ਨੇ ਸਿਲਵਰ ਓਕ ਦੇ ਨਾਲ ਤਾਂ ਹੁਣ ਧੱਕੇ ਦੇ ਨਾਲ ਉਹਨਾਂ ਦੀ ਜਿਹੜੀ ਕਿ ਬਿਜਲੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਜਦ ਸ਼ੋਰੂਮ ਮਾਲਕ ਨੇ ਜਿਹੜੀ ਕਿ ਉਹ ਕੋਰਟ ਦਾ ਰੁਖ ਕਰ ਦਿੰਦੇ ਨੇ ਕੋਰਟ ਦੇ ਵੱਲੋਂ ਵੀ ਸਟੇ ਜਿਹੜੀ ਦਿੱਤੀ ਜਾਂਦੀ ਹੈ